ठीक ठाक गल की मेरी बेटी नाल भी की अपनी दादी नाल भी की गल सही सी एंड कोई ओनू दिक्कत नहीं सी कुछ नहीं सी हैगी मेरे बच्चे ने ही सोचा सी मैं चार पैसे कमा के वापस इतनी इंडिया आ जाऊंगा की बाहर जाना बाहर जाना जे देखो जी प्लस टू की सी बच्चे का अपना सुखना सीगा भी मैं बाहर ही जाना जी तो इस करके इस नीति करके जी गया है। बाकी इतने कोई तुहानू पता रुजगार नहीं है कोई कुछ नहीं है तो बच्चे का फिर यही सुपना सी भी मैं बाहर जाके कुछ बना कोई मेहनत करा कुछ कमाव जी अपने माँ प्यो का नाम रोशन करा जी इसे सुपने के तहत गया सीगा जी। ते इनु डेढ़ एक साल हो गए गए काम वगैरह कर रहे से उत्थे। हाँ जी हाँ काम वगैरह कर रहे हूँ थोड़े कोई सूचना मिली उतों की दस्या उत्थे आने की हो सानू तो आप सवेरे पता लग गया जी। हाँ जी रात फोन आया सी जी किन्ने बजे कॉल आई है दस कुछ आया रिश्तेदारां दा उन्होंने पुलिस ने जानकारी दी कि मतलब एक्सीडेंट होया गोली लगी ये अच्छा गोली बाकी प्रोपर जिहड़ा वो अज रात नूं डेढ़ बजे पता लगेगा जी। ਉਸ ਟਾਈਮ ਕੰਮ 'ਤੇ ਜਾ ਰਹੇ ਸੀ ਦੱਸੋ ਰਿਸ਼ਤੇਦਾਰਾਂ ਨੂੰ ਤੁਹਾਨੂੰ ਕੀ ਦੱਸਿਆ ਹਾਲੇ ਕੋਈ ਨਹੀਂ ਪਤਾ ਮਤਲਬ ਸਵੇਰੇ ਕੰਮ 'ਤੇ ਜਾਣਾ ਸੀ ਉਹਨੇ ਟਰਾਲੇ 'ਤੇ ਸ਼ਾਇਦ ਇਸ ਵਾਸਤੇ ਘਰੋਂ ਨਿਕਲਿਆ ਸੀ ਰੋਟੀਆਂ ਰੱਟੀ ਲੈ ਕੇ ਬਾਕੀ ਹੁਣ ਸ਼ਾਮ ਨੂੰ ਪੂਰੀ ਜਿਹੜੀ ਵੈਰੀਫਿਕੇਸ਼ਨ ਉੱਥੇ ਕਰਦੀ ਵੀ ਪੁਲਿਸ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ। ਤੁਸੀਂ ਕਿੰਨਾ ਪੜ੍ਹਾਇਆ ਇੱਥੇ ਇਹਨੂੰ ਪਲੱਸ ਟੂ ਕੀਤੀ ਜੀ ਅੱਛਾ ਉਸਕੇ ਬਾਅਦ ਪਲੱਸ ਟੂ ਕਰਕੇ ਕਹਿੰਦਾ ਸੀ ਮੈਂ ਬਾਹਰ ਜਾਣਾ ਪਾਪਾ ਬਾਹਰ ਭੇਜਤਾ। ਕਿੰਨੇ ਬੱਚੇ ਹੈ ਜੀ? ਦੋ ਦੋ ਛੋਟਾ ਇਸ ਤੋਂ ਗੁੜੀਆ ਛੋਟੀ ਗੁੜੀਆ ਛੋਟੀ ਹੈ। ਔਰ ਜੋ ਪਰਿਵਾਰ 'ਤੇ ਦੁੱਖਾਂ ਦਾ ਭਾਰ ਆ ਟੁੱਟਿਆ ਜੇ ਦਾ ਕੋਈ ਅਸੀਂ ਕਹਿ ਹੀ ਨਹੀਂ ਸਕਦੇ ਬੇਹੱਦ ਮਾੜੀ ਘਟਨਾ ਹੈ ਜੇ ਹੁਣ ਅਸੀਂ ਤਾਂ ਵੇਖੋ ਅਪੀਲ ਕਰਦੇ ਹਾਂ ਵੀ ਸਾਰੇ ਉੱਥੋਂ ਦੀ ਜਿਹੜੀਆਂ ਸਰਕਾਰਾਂ ਹੈਗੀਆਂ ਨੇ ਸਾਡੀ ਡੈੱਡ ਬੋਡੀ ਜਿਹੜੀ ਹੈਗੀ ਹੈ ਉਹਨੂੰ ਸਾਡੇ ਘਰ ਭੇਜਣ ਬੱਚੇ ਦੀ ਜਰਮਾਨ ਸਿੰਘ ਉਹਦਾ ਨਾਂ ਸੀ ਇਹੀ ਬੇਨਤੀ ਸਾਡੀ ਤਾਂ ਕੱਲ੍ਹ ਗੱਲ ਹੋਈ ਹੈ ਜਦੋਂ ਇੱਥੇ ਦਿਨ ਦੇ ਬਾਰਾਂ ਕੁ ਵਜੇ ਆਉਣਾ ਉੱਥੇ ਰਾਤ ਸੀ ਇਹ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕੀ ਨਹੀਂ ਜਦੋਂ ਇੱਥੇ ਰਾਤ ਦੇ ਦਸ ਵਜੇ ਨੇ ਉੱਥੋਂ ਫੋਨ ਆਇਆ ਜਿੰਨਾ ਕੋਲ ਰਹਿੰਦਾ ਸੀ ਰਿਸ਼ਤੇਦਾਰਾਂ ਕੋਲ ਉਹਨਾਂ ਨੇ ਤਾਂ ਦੱਸਿਆ ਵੀ ਆਹ ਕੰਮ ਬਣ ਗਿਆ ਅਤੇ ਵੀ ਉਹਨੂੰ ਗੋਲੀ ਵੱਜ ਗਈ ਹੈ ਆਹ ਨਹੀਂ ਪਤਾ ਵੀ ਕਿੰਨੇ ਮਾਰੀ ਹੈ ਵੀ ਕਿੰਨੇ ਨਹੀਂ ਇਹ ਗੱਲ ਤਾਂ ਨਹੀਂ ਅੱਜ ਪਤਾ ਲੱਗਾ। ਕੀ ਮੰਗ ਕਰਦੋ ਕੀ ਅਸੀਂ ਗਹਿਰਾਈ ਨਾਲ ਜਾਂਚ ਹੋਵੇ ਕੌਣ ਹੈ ਗੋਲੀ ਮਾਰਨ ਵਾਲਾ ਇਸਦਾ ਪਤਾ ਤੁਸੀਂ ਕੀ ਕਰਦੇ ਹੋ? ਤੇ ਇਹਨੇ ਵੀ ਉਹਨਾਂ ਨੂੰ ਪਤਾ ਲੱਗੇ ਜਿੰਨੇ ਵੀ ਇਹ ਕੀਤਾ ਗੋਲੀ। ਤਹਿਲਕਾ ਨਿਊਜ਼ ਜੇਕਰ ਸੱਚ ਲਿਖਣਾ ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਪਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।